ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ। ਅਸੀਂ ਬਹੁਤ ਵਧੀਆ, ਅੱਜ ਵੀਕਐਂਡ ਹੈ ਅਤੇ ਅੱਜ ਅਸੀਂ ਚੱਲੇ ਹਾਂ ਲਾਂਡਰੀ ਕਰਨ, ਅਤੇ ਅੱਜ ਤੁਹਾਨੂੰ ਦਿਖਾਉਂਗੇ ਲਾਂਡਰੀ ਦਾ ਪੂਰਾ ਪ੍ਰੋਸੈਸ ਕਿੱਦਾਂ ਹੁੰਦਾ, ਕਿੱਦਾਂ ਅਸੀਂ ਕਿੰਨੇ ਪੈਸੇ ਪੇ ਕਰਦੇ ਹਾਂ ਅਸੀਂ ਕੱਪੜੇ ਧੋਣ ਦੇ, ਕਿੱਦਾਂ ਇੱਥੇ ਡਰਾਈ ਹੁੰਦੀਆਂ, ਫਰੀ ਡਰਾਇਰ ਹੈਗੀਆਂ, ਪੇਡ ਡਰਾਇਰ ਹੈਗੀਆਂ, ਸਭ ਕੁਝ ਦਿਖਾਵਾਂਗੇ ਕਿੱਦਾਂ ਅਸੀਂ ਕਰਦੇ ਹਾਂ। ਦਰਅਸਲ ਇਹ ਸਾਡਾ ਹੈਗਾ ਹਰ ਇੱਕ ਵੀਕਐਂਡ ਦਾ ਰੂਟੀਨ ਇਹੀ ਹੈ, ਕਿਉਂਕਿ ਅਸੀਂ ਲਾਂਡਰੀ 'ਚ ਬਾਹਰ ਹੀ ਕੱਪੜੇ ਧੋਣ ਜਾਂਦੇ ਹਾਂ। ਜਿੱਥੇ ਅਸੀਂ ਰਹਿੰਦੇ ਹਾਂ ਅਪਾਰਟਮੈਂਟ 'ਚ, ਉੱਥੇ ਉਹ ਜਿਹੜੀਆਂ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਹੁੰਦੀਆਂ ਉਹ ਪ੍ਰੋਵਾਈਡ ਨਹੀਂ ਕਰਦੇ। ਸਾਡੇ ਅਪਾਰਟਮੈਂਟ 'ਚ ਬਾਹਰ ਹੈਗੀਆਂ ਦੂਜੀਆਂ, ਉੱਥੇ ਵੀ ਅਸੀਂ ਜਾ ਸਕਦੇ ਹਾਂ, ਪਰ ਉੱਥੇ ਲੋਡ ਘੱਟ ਪੈਂਦਾ ਅਤੇ ਅਸੀਂ ਬਾਹਰ ਦੂਜੀ ਲਾਂਡਰੀ ਚਲੇ ਜਾਂਦੇ ਹਾਂ। ਉੱਥੇ ਥੋੜ੍ਹਾ ਲੋਡ ਇੱਦਾਂ ਵੀ ਤੁਸੀਂ ਵੱਡੀਆਂ ਮਸ਼ੀਨਾਂ ਆਪਣੇ ਲੋਡ ਦੇ ਹਿਸਾਬ ਨਾਲ ਤੁਸੀਂ ਮਸ਼ੀਨਾਂ ਪਾ ਸਕਦੇ, ਛੋਟੀਆਂ ਮਸ਼ੀਨਾਂ ਵੱਡੀਆਂ ਮਸ਼ੀਨਾਂ, ਅਤੇ ਉਹਦੇ ਹਿਸਾਬ ਨਾਲ ਤੁਹਾਡੇ ਪੈਸੇ ਲੱਗਦੇ ਆ। ਤਾਂ ਸਾਨੂੰ ਸਾਰਾ ਦੱਸਾਂਗੇ ਕਿੰਨੇ ਕੁ ਪੈਸੇ ਲੱਗਦੇ ਆ ਸਾਡੀ ਲਾਂਡਰੀ ਦੇ। ਆਹ ਪਿੱਛੇ ਅਸੀਂ ਸਾਰੇ ਰੱਖੇ ਹੋਏ ਕੱਪੜੇ ਛੱਪੜੇ, ਅਤੇ ਥੋੜ੍ਹੇ ਬਹੁਤੇ ਕੱਪੜੇ ਡਿੱਗੀ 'ਚ ਵੀ ਪਏ ਆ। ਸੋ ਚੱਲਦੇ ਹਾਂ ਲਾਂਡਰੀ ਤੁਹਾਨੂੰ ਦਿਖਾਉਂਦੇ ਹਾਂ। ਪਹੁੰਚ ਗਏ ਸੀ ਲਾਂਡਰੀ, ਥੋੜ੍ਹਾ ਜਿਹਾ ਸਮਾਨ ਸੀ ਰੱਖਿਆ ਅੰਦਰ, ਬਾਕੀ ਵਾਲੇ ਕੱਪੜੇ ਸੀਗੇ ਜਿਹੜੇ ਡਿੱਗੇ ਸੀਗੇ। ਚੱਲਦੇ ਅੰਦਰ, ਵੈਸੇ ਤਾਂ ਭੀੜ ਬਹੁਤ ਹੈ, ਸਾਰੀ ਪਾਰਕਿੰਗ ਭਰੀ ਪਈ ਆ, ਸਾਨੂੰ ਸ਼ਾਇਦ ਮਸ਼ੀਨਾਂ ਵੀ ਨਹੀਂ ਮਿਲਣੀਆਂ ਅੱਜ, ਥੋੜ੍ਹਾ ਵੇਟ ਕਰਨਾ ਪੈਣਾ, ਵੇਟ ਕਰਕੇ ਮਿਲੂੰਗੀਆਂ। ਚੱਲਦੇ ਅੰਦਰ, ਦਿਖਾਉਂਦੇ ਤੁਹਾਨੂੰ ਕਿੱਦਾਂ ਦੀਆਂ ਮਸ਼ੀਨਾਂ ਵੱਡੀਆਂ ਛੋਟੀਆਂ ਇੱਥੇ। ਸੋ ਕੱਪੜੇ ਅਸੀਂ ਪਾਤੇ ਇਸ ਮਸ਼ੀਨ 'ਚ, ਹੁਣ ਵਾਰੀ ਆ ਸਰਫ ਸੋਡੇ ਦੀ। ਹਾਂ, ਇਹ ਵਾਲੇ 'ਚ ਪਾਉਣਾ, ਇਹ ਵੀ ਕਿਸੇ 'ਚ ਪਾ ਦੇ ਇੱਕ 'ਚ। ਓਏ ਓਏ ਹੌਲੀ ਦੇਖ ਲਓ, ਪਾਦੇ ਪਾਦੇ ਪਾਦੇ, ਥੋੜ੍ਹੇ ਜਿਹਾ ਹੋਰ ਪਾ ਦੇ। ਬਸ ਸੋਨੇ 'ਚ $7 ਲੱਗਣੇ ਆ, ਅਤੇ ਬਾਕੀ ਇੱਥੇ ਕੁਆਟਰ ਪਾ ਲੈਣੇ ਆਪਾਂ। ਸਾਰੇ ਸਿੱਕੇ ਅਸੀਂ ਪਾ ਦੇ, ਇੱਥੇ ਆਪਸ਼ਨ ਹੈਗੀਆਂ, ਤੁਸੀਂ ਕਿਹੜੇ ਦੱਬਣੇ ਆ, ਵਾਈਟਸ ਕਲਰਸ, ਬ੍ਰਾਈਟ ਕਲਰ, ਅਤੇ ਜਿਹੜਾ ਵੀ ਤੁਸੀਂ ਦੱਬਣਾ, ਅਤੇ ਆਪਾਂ ਤਾਂ ਕਲਰਸ ਹੀ ਕਰਦੇ ਹੁੰਦੇ ਹਾਂ। 30 ਮਿੰਟ ਦਾ ਸਾਈਕਲ ਸ਼ੁਰੂ ਹੋ ਗਿਆ। ਸੋ ਕੱਪੜੇ ਅਸੀਂ ਪਾ ਤੇ, ਆਹ ਵੱਡੀਆਂ ਮਸ਼ੀਨਾਂ ਵੱਡੇ ਲੋਡ ਵਾਲੀਆਂ, ਅਤੇ ਇੱਕ ਲੋਡ ਸਾਡਾ ਇੱਚ ਆ ਗਿਆ, ਅਤੇ ਆਹ ਹੈਗੀ ਛੋਟਾ ਲੋਡ ਵਾਲੀ, ਉਹ ਤੋਂ ਛੋਟਾ ਲੋਡ ਆ ਇਹ 6 ਲੋਡ, ਇਹ ਮੇਰੇ ਖਿਆਲ 8 ਲੋਡ ਆ, ਇਹ ਹੈਗੀ 6 ਲੋਡ, ਅਤੇ 29 ਮਿੰਟ ਦਾ ਸਾਈਕਲ ਅਸੀਂ ਲਾਤਾ ਇੱਥੇ। ਕੱਪੜੇ ਜ਼ਿਆਦਾ ਯਾਰ, 2 ਮਸ਼ੀਨਾਂ 'ਚ ਆਏ ਇੱਥੇ, ਅਤੇ ਹੋਰ ਵੀ ਹੈਗੀਆਂ, ਉਹ ਦੂਜੇ ਪਾਸੇ ਵੀ ਹੈਗੀਆਂ ਮਸ਼ੀਨਾਂ, ਛੋਟੀਆਂ ਵੱਡੀਆਂ ਸਾਰੀਆਂ। A few inches later. ਸੋ ਲਾਂਡਰੀ 'ਚ ਅਸੀਂ ਕੱਪੜੇ ਕੁੱਪੜੇ ਪਾ ਤੇ, ਅਤੇ ਹੁਣ ਸਾਡੇ ਕੋਲ ਟਾਈਮ ਹੈਗਾ, 30 ਮਿੰਟ ਦਾ ਸਾਈਕਲ ਹੈ, ਅਤੇ ਅਸੀਂ ਹੁਣ ਚੱਲੇ ਹਾਂ ਡੀਡੀਜ਼ ਵੀ ਦੇਖਦੇ ਹਾਂ। ਵੈਸੇ ਜਦ ਵੀ ਅਸੀਂ ਜਾਂਦੇ ਹਾਂ ਨਾ, ਸਾਡੇ ਨਾਲ ਹੁੰਦਾ ਧੋਖਾ ਹੀ ਆ, ਉੱਥੇ ਸਟਾਕ ਮੁੱਕਿਆ ਹੁੰਦਾ ਸਾਰਾ, ਅਤੇ ਫਿਰ ਅਸੀਂ ਇੱਦਾਂ ਹੀ ਖਾਲੀ ਹੱਥ ਵਾਪਸ ਆ ਜਾਂਦੇ ਹਾਂ, ਪਰ ਹੋਪਫੁਲੀ ਰੀਸਟਾਕ ਕਰਤਾ ਹੋਵੇ ਉਹਨਾਂ ਨੇ। ਚੱਲਦੇ ਹਾਂ, ਦੇਖਦੇ ਹਾਂ ਜੇ ਉੱਥੇ ਕੁਛ ਹੋਇਆ। ਉਹ ਆ ਗਿਆ ਡੀਡੀਜ਼, ਨੇੜੇ ਹੀ ਆ ਲਾਂਡਰੀ ਤੋਂ, 25-30 ਕਦਮ ਹੋਣੇ ਆ ਬਸ, ਇੱਧਰਲੇ ਪਾਸੇ ਲਾਂਡਰੀ ਆ, ਅਤੇ ਇੱਕ ਮੋੜ ਮੁੜ ਕੇ ਸਾਹਮਣੇ ਡੀਡੀ ਜਾਣ ਦਾ ਹੈਗੇ। ਹੋਰ ਵੀ ਇੱਥੇ ਆਟੋਜ਼ੋਨ ਹੈ, ਆਟੋਜ਼ੋਨ 'ਚ ਤੁਹਾਨੂੰ ਗੱਡੀਆਂ ਦਾ ਸਾਰਾ ਸਮਾਨ ਮਿਲ ਜਾਂਦਾ, ਜੋ ਵੀ ਚਾਹੀਦਾ, ਜੇ ਤੁਸੀਂ ਆਇਲ ਚੇਂਜ ਕਰਾਉਣਾ ਅਤੇ ਤੁਹਾਨੂੰ ਆਇਲ ਮਿਲ ਜਾਂਦਾ ਸਾਰਾ, ਅਤੇ ਬ੍ਰੇਕ ਪੈਡ ਚੇਂਜ ਕਰਾਉਣੇ ਆ, ਸਭ ਕੁਝ ਗੱਡੀਆਂ ਦਾ ਸਾਰਾ ਕੁਝ ਇੱਥੇ ਮਿਲ ਜਾਂਦਾ। ਜਦੋਂ ਮੇਰੀ ਗੱਡੀ ਖਰਾਬ ਹੋਈ ਸੀ, ਮੈਂ ਵੀ ਸਭ ਤੋਂ ਪਹਿਲਾਂ ਇੱਥੇ ਹੀ ਆਇਆ ਸੀ, ਅਤੇ ਤੁਸੀਂ ਵੀਡੀਓ ਦੇਖੀ ਹੋਣੀ ਆ ਉਹ, ਅਤੇ ਇਹਨਾਂ ਦਾ ਉਸ ਟਾਈਮ ਸਿਸਟਮ ਬ੍ਰੋਕਨ ਸੀਗਾ, ਅਤੇ ਇਹਨਾਂ ਨੇ ਸਾਨੂੰ ਦੂਜੇ ਪਾਸੇ ਭੇਜਤਾ ਸੀ, ਸੋ ਅਸੀਂ ਉੱਥੇ ਗਏ ਸੀ। ਅਸੀਂ ਆ ਗਏ ਡੀਡੀਜ਼ 'ਤੇ, ਵੜਦੇ ਅੰਦਰ। ਸੋ ਆ ਗਏ ਅਸੀਂ ਡੀਡੀਜ਼ ਦੇ ਅੰਦਰ, ਅਤੇ ਆਉਂਦੇ ਅਸੀਂ ਬੂਟਾਂ ਵਾਲੇ ਸੈਕਸ਼ਨ 'ਚ ਆ ਗਏ। ਬੂਟਾਂ ਵਾਲੇ ਸੈਕਸ਼ਨ 'ਚ ਤਾਂ ਆਏ ਹਾਂ, ਮੈਂ ਕੰਮ 'ਤੇ ਜਾਂਦਾ ਨਾ, ਅਤੇ ਕੰਮ 'ਤੇ ਸਾਡਾ ਇੱਕ ਹੈਗਾ ਵੀ ਸਾਨੂੰ ਕੋਈ ਨਾ ਮੈਟਲ ਨਹੀਂ ਹੋਣਾ ਚਾਹੀਦਾ ਤੁਹਾਡੇ ਕੱਪੜਿਆਂ 'ਚ ਜਾਂ ਸ਼ੂਜ਼ 'ਚ ਨਾ, ਅਤੇ ਮੇਰੇ ਕੋਲ ਇੱਕੇ ਸ਼ੂਜ਼ ਆ ਹੁਣ ਕੰਮ 'ਤੇ ਪਾਉਣ ਲਈ, ਉਹ 'ਚ ਮੈਟਲ ਹੈ ਨਹੀਂ, ਅਤੇ ਬਾਕੀ ਜਿਹੜੇ ਸ਼ੂਜ਼ ਹੈਗੇ ਉਹਨਾਂ 'ਚ ਮੈਟਲ ਆ, ਤਾਂ ਕਰਕੇ ਉਹ ਬੀਪ ਕਰਦਾ ਸੀ, ਮੈਟਲ ਵਾਲਾ ਕੁਛ ਨਹੀਂ ਪਾ ਕੇ ਜਾ ਸਕਦੇ ਅੰਦਰ। ਸੋ ਮੈਂ ਸ਼ੂਜ਼ ਦੇਖ ਰਿਹਾ ਸੀ ਇੱਥੇ, ਅਤੇ ਦੇਖਦੇ ਇੱਕ ਸ਼ੂਜ਼ ਮਿਲ ਗਏ ਵਿਦਆਊਟ ਮੈਟਲ, ਇਸ ਤਾਂ ਕੰਮ 'ਤੇ ਪਾਉਣ ਨੂੰ ਹੀ ਲੈਣੇ ਆ, ਅਤੇ ਬਹੁਤ ਕੰਫਰਟੇਬਲ ਸ਼ੂਜ਼ ਆ ਯਾਰ, ਸੋਹਣੇ ਮਿਲ ਗਏ ਇਹ ਸ਼ੂਜ਼। ਆਉਂਦੇ ਅੱਜ ਸਟੋਕ ਹੈਗਾ ਇਹਨਾਂ ਕੋਲ, ਸਮਾਨ ਸਮੂਨ ਐਨ ਭਰਿਆ ਭਰਿਆ ਜਿਹਾ ਹੈਗਾ ਸਭ ਕੁਛ, ਅਤੇ ਆਉਂਦੇ ਇੱਕ ਸ਼ੂਜ਼ ਮਿਲ ਗਏ ਵਧੀਆ। ਹੁਣ ਮੈਂ ਖੋਲ੍ਹਦਾ ਦੇਖਦਾ ਇਹਦਾ ਰੇਟ ਰੂਟ ਕੀ ਆ, ਕਿੰਨੇ ਦੇ ਹੈਗੇ ਆ ਇਹ, ਕਿੰਨੇ ਦੇ ਆ, $12 ਦੇ ਆ ਯਾਰ, $12 ਦੇ ਕਿਆ ਮਾੜੇ ਆ ਸ਼ੂਜ਼, ਮਿਲ ਗਿਆ ਤੁਹਾਨੂੰ। ਸੋ ਮੁੰਡਾ ਵੀ ਹੁਣ ਸੇਮ ਹੀ ਸ਼ੂਜ਼ ਲੱਭ ਰਿਹਾ, ਉਹਨੂੰ ਵੀ ਸਕੂਲ ਵਾਸਤੇ ਚਾਹੀਦੇ ਹੁੰਦੇ ਆ, ਉਹਨੂੰ ਤਾਂ ਮੈਟਲ ਦਾ ਕੁਝ ਨਹੀਂ ਹੈਗਾ, ਪਰ ਕਹਿੰਦਾ ਮੈਂ ਸੇਮ ਹੀ ਲੈਣੇ ਹੁਣ, ਕਿਉਂਕਿ ਕੰਫਰਟੇਬਲ ਹੈ ਯਾਰ ਸ਼ੂਜ਼, ਹੁਣੇ ਪਾ ਕੇ ਦੇਖੇ ਅਸੀਂ। ਸੋ ਵਧੀਆ ਹੋ ਗਿਆ, ਇੱਕ ਚੀਜ਼ ਤਾਂ ਸਾਨੂੰ ਮਿਲ ਗਈ, ਉੱਥੇ ਪਏ ਆ ਸਾਰੇ 9-10-11 ਦੇਖ ਪਾ ਕੇ ਜੇ ਤੇਰੇ ਆਉਂਦੇ ਆ, ਕਿੰਨੇ ਨੰਬਰ ਇਹ? 9 ਵੈਸੇ ਕਿੰਨਾ ਆਉਂਦਾ ਤੇਰੇ? 9 ਹੀ ਆਉਂਦਾ? ਨਹੀਂ ਯਾਰ, ਮਤਲਬ ਆਉਂਦਾ ਤਾਂ ਮੇਰੇ 9 ਆ, ਪਰ ਇਹ ਬੜਾ 8 ਪਾ ਕੇ ਦੇਖ ਲਾ। ਤੂੰ ਫੀਤੇ ਖੋਲ ਕੇ ਬੰਨ ਵੀ ਨਾ ਉਹਨਾਂ ਨੂੰ ਇੱਕ ਵਾਰੀ, ਫਿਰ ਜ਼ਿਆਦਾ ਪਤਾ ਲੱਗ ਜਾਊਗਾ। ਹਾਂ ਇਹ ਫੀਤੇ ਖੋਲ ਕੇ ਬੰਨ,
ਹੋਣਾ ਵੀ ਚਾਹੀਦਾ ਟਾਈਟ ਕਰਕੇ ਬੰਨ ਇਹਨੂੰ ਟਾਈਟ ਕਰ ਦੇਖ ਖੜਾ ਹੋ ਕੇ ਠੀਕ ਆ ਤੋ ਬੂਟ ਪਸੰਦ ਆ ਗਏ ਫਾਈਨਲ ਹੋ ਗਏ ਬੂਟ ਲੈ ਲਏ ਵੈਸੇ ਲੈਣ ਤਾਂ ਅਸੀਂ ਕੁਛ ਆਏ ਨਹੀਂ ਸੀਗੇ ਪਰ ਬੂਟ ਆ ਗਏ ਵਧੀਆ ਹੋ ਗਿਆ ਯਾਰ ਸੋ ਚੱਲਦੇ ਅੱਗੇ ਹੋਰ ਚੀਜ਼ਾਂ ਲੱਭਦੇ ਹਾਂ ਜੇ ਕੁਛ ਹੋਰ ਹੈਗਾ 10-11 ਦਾ ਸਮਾਨ ਸਮੂਨ ਅਸੀਂ ਲੈ ਲਿਆ ਸ਼ੂਜ਼ ਹੀ ਲੈਣੇ ਸੀ ਅਤੇ ਸ਼ੂਜ਼ ਆਪਾਂ ਲੈ ਲਏ ਉਹ ਰੇਡ 'ਚ ਰੱਖੇ ਹੋਏ ਆ ਬਾਕੀ ਮੰਮੀ ਨਾਲ ਲੱਤਾਂ ਸਮਾਨ ਥੋੜ੍ਹਾ ਬਹੁਤਾ ਅਤੇ ਹੋਰ ਮੈਂ ਤੁਹਾਨੂੰ ਚੀਜ਼ ਦਿਖਾਉਣਾ ਆ ਚੈੱਕ ਕਰੋ ਬੋਤਲਾਂ ਬਹੁਤ ਵੱਡੀ ਵੱਡੀ ਆ ਯਾਰ ਇਹ ਦੂਜੀਆਂ ਬੋਤਲਾਂ ਗੁੱਸਾ ਕਰ ਗਈਆਂ ਉਹ ਗਿਰੇ ਗਈਆਂ ਚੱਕ ਦਿੰਦੇ ਹਾਂ ਭਰਾਵਾ ਓਏ ਓਏ ਤੂੰ ਵੀ ਨਾ ਗਿਰ ਜੀ ਇਕੱਲੀ ਚਮਕਦੀ ਉਹਦੇ ਕਿੱਡੀ ਬੜੀ ਬੋਤਲ ਆ ਇੱਥੇ ਹੋਰ ਪਈਆਂ ਬੋਤਲਾਂ ਫਿਰ ਕਰਾ ਕੇ ਚੱਕੇ ਚੱਲਦੇ ਹਾਂ ਲਾਂਡਰੀ ਵੱਲ ਨੂੰ ਇੱਥੇ ਰਾਜਨ ਨੂੰ ਮੈਂ ਭੇਜਤਾ ਉਹ ਹੁਣ ਵਾਸ਼ਰ 'ਚੋਂ ਕੱਢ ਕੇ ਡਰਾਇਰ 'ਚ ਪਾਊਗਾ ਕੱਪੜੇ ਹਾਂ ਇਹ ਹੋ ਗਏ ਹੁਣ ਇਸ ਮਾਂ 'ਤੇ ਅਸੀਂ ਕੱਢ ਕੇ ਆਹ ਡਰਾਇਰ ਹੈ ਇਹ 'ਚ ਬਸ ਐਂ ਪਾ ਦੇਣੇ ਆ ਹੁਣ ਇਹ ਖਾਸਾ ਬੜਾ ਇਸ ਮਾਂ ਦੋ ਤਿੰਨ ਲੋਡ ਪੈ ਜਾਣੇ ਜਿੰਨੇ ਉਸ 'ਚ ਇੱਕ ਲੋਡ ਤਾਂ ਇਸ 'ਚ ਦੋ ਤਿੰਨ ਪੈ ਜਾਣੇ ਉਹ ਹੈਗੇ ਐਂ ਪੇ ਡਰਾਇਰ ਇਹ ਸਾਰੇ ਫ੍ਰੀ ਹੈ ਇਹ ਵੀ ਪੇ ਵਾਲੇ ਹੈ ਇਹਨਾਂ ਮਾਂ ਫ੍ਰੀ ਹੈ ਇਹਨਾਂ ਮਾਂ ਅਸੀਂ ਪਾ ਸਕਦੇ ਹਾਂ ਅਤੇ ਇਹਨਾਂ ਮਾਂ ਪੈਸੇ ਲਾਦੇ ਹਾਂ ਉਹ ਜਿਹੜੇ ਸਾਰੇ ਉੱਥੇ ਤੱਕ ਹੈ ਆਹ ਸਾਡੇ ਕੱਪੜੇ ਹੋਣੇ ਵਾਲੇ ਆਹ ਹੋ ਗਏ ਹੁਣ ਇਹਨਾਂ ਨੂੰ ਕੱਢ ਕੇ ਅਸੀਂ ਜਾਂ ਤਾਂ ਅਸੀਂ ਫ੍ਰੀ ਵਾਲੇ ਮਾਂ ਪਾ ਸਕਦੇ ਹਾਂ ਜਾਂ ਫਿਰ ਇਹਨਾਂ ਮਾਂ ਪਾ ਸਕਦੇ ਹਾਂ ਇਹਨਾਂ ਮਾਂ ਤਾਂ ਪਾਉਂਦੇ ਕਿਉਂਕਿ ਇਹਨਾਂ ਮਾਂ ਛੇਤੀ ਹੋ ਜਾਂਦਾ ਹੁਣ ਅਸੀਂ ਇੱਕ ਕੁਆਟਰ ਪਾਉਂਗੇ ਤਾਂ 7 ਮਿੰਟ ਲੱਗਦੇ ਹੈ ਠੀ ਲਾਉਂਦੇ ਹਾਂ 35 ਅਤੇ ਹੁਣ ਅਸੀਂ ਸਿਲੈਕਟ ਕਰ ਦੇਣਾ ਉਰੇ ਹਾਈ ਅਤੇ ਸਟਾਰਟ ਔਰ ਇਹਨੇ ਹੋਣਾ ਸਟਾਰਟ ਸੋ ਜਿੱਦਾਂ ਜਿੱਦਾਂ ਤੁਹਾਨੂੰ ਮੁੰਡੇ ਨੇ ਦੱਸਿਆ ਸਭ ਕੁਛ ਸਹੀ ਦੱਸਿਆ ਸਭ ਕੁਛ ਇੱਦਾਂ ਹੀ ਹੈ ਇਹੀ ਵਾਲੀ ਲਾਂਡਰੀ ਹੈ ਜਿਹ 'ਚ ਅਸੀਂ ਆਉਂਦੇ ਹਾਂ ਓਪੀ ਲਾਂਡਰੀ ਹੈ ਇਹਦਾ ਨਾਮ ਹੀ ਓਪੀ ਲਾਂਡਰੀ ਹੈ ਵੈਸੇ ਓਰੀਜਨਲ ਨਾਮ ਕਿਆ ਨਹੀਂ ਪੀਐਲ ਕੋਇਨ ਓਪੀ ਲਾਂਡਰੀ ਪੀਐਲ ਕੋਇਨ ਓਪੀ ਲਾਂਡਰੀ ਅਤੇ ਵਧੀਆ ਯਾਰ ਘਰ ਨਾਲੋਂ ਤਾਂ ਨਾ ਵੀ ਜਿੱਦਾਂ ਤੁਸੀਂ ਡਰਾਇਰ 'ਚ ਪਾ ਦਿਓ ਪਹਿਲਾਂ ਵਾਸ਼ਰ 'ਚ ਪਾਓ ਇੱਥੇ ਵਾਲੀਆਂ ਮਸ਼ੀਨਾਂ ਵੀ ਹੈਗੀਆਂ ਇਹ ਛੋਟੀਆਂ ਅਤੇ ਦੂਜੇ ਪਾਸੇ ਵੱਡਾ ਲੋਡ ਪੈਂਦਾ ਜਿੱਦਾਂ ਕਿ ਨਾ ਦੱਸਿਆ ਤੁਹਾਨੂੰ ਸਾਰਾ ਕੁਛ ਇੱਦਾਂ ਹੀ ਅਤੇ ਬਾਕੀ ਹੋਰ ਮੈਂ ਤੁਹਾਨੂੰ ਚੀਜ਼ ਦਿਖਾਉਂਦਾ ਇੱਥੇ ਵੈਂਡਿੰਗ ਮਸ਼ੀਨਾਂ ਵੀ ਹੈਗੀਆਂ ਇਹ ਵੈਂਡਿੰਗ ਮਸ਼ੀਨ ਹੈਗੀ ਹੈ ਜੇ ਤੁਸੀਂ ਸਰਫ ਸੋਲਫ ਨਹੀਂ ਹੈਗੀ ਤੁਹਾਡੇ ਕੋਲ ਤੁਸੀਂ ਕੁਆਟਰ ਪਾਓ ਜਿੰਨੇ ਇੱਥੇ ਲਿਖੇ ਹੋਏ ਆ ਫੋਰ ਐਗਜ਼ਾਮਪਲ ਆਪਾਂ ਟਾਈਡ ਦਾ ਦੇਖ ਲੈਂਦੇ ਹਾਂ $2.5 ਦੀ ਹੈਗੀ ਹੈ ਟਾਈਡ $2 ਪਾਓ ਅਤੇ ਤੁਹਾਨੂੰ 21 ਨੰਬਰ 'ਤੇ ਹੈਗੀ ਆ ਇੱਥੇ 21 ਨੰਬਰ ਦੱਬ ਦਿਓ ਅਤੇ ਤੁਹਾਡੀ ਟਾਈਡ ਨਿਕਲ ਜਾਣੀ ਹੈ ਅਤੇ ਛੋਟੇ ਪੈਕਟ ਵੀ ਹੈਗੀਆਂ ਇਹ ਵਾਲੀ ਵੈਂਡਿੰਗ ਮਸ਼ੀਨ ਵੀ ਹੈਗੀ ਆ ਖਾਣ ਪੀਣ ਵਾਲੀ ਵੈਂਡਿੰਗ ਮਸ਼ੀਨ ਵੀ ਹੈਗੀ ਆ ਉਹ ਦੂਜੇ ਪਾਸੇ ਅਤੇ ਖਾਣੇ ਪੀਣੇ ਵਾਲੀਆਂ ਕੋਲਡ ਡਰਿੰਕਸ ਵਾਲੀ ਆ ਗਈ ਸਾਰੀ ਅਤੇ ਖਾਣੇ ਪੀਣੇ ਵਾਲੀਆਂ ਕਿਹੜਾ ਲੈਣਾ ਰਾਜਨ ਚੀਟਰ ਚੈਸਟਰ ਮੁੰਡਾ ਲਾਈਵ ਕਰਕੇ ਦਿਖਾਊਗਾ ਇਹ ਪਾਣਾ ਹੈ ਪੂਰੇ ਆ ਗਿਆ 25 ਸੈਂਟ ਆ ਗਿਆ ਆਪਾਂ ਕਰਨੇ 25 ਆਪਾਂ ਚੀਟਰ ਚੈਸਟਰ ਲੈਣਾ ਹੈਗਾ ਕੁਆਟਰ 25 ਸੈਂਟ 50 25 50 ਕੋਈ ਸਾਨੂੰ ਸਭ ਤੋਂ ਤਾਂ ਦਿਖਾ ਅਤੇ ਜੇ ਤੁਹਾਡੇ ਜਿੱਦਾਂ ਫੋਰ ਐਗਜ਼ਾਮਪਲ 1-25 ਹੋ ਗਏ ਜੇ ਤੁਸੀਂ ਲੈਣੀ ਵੀ ਨਹੀਂ ਕੋਈ ਚੀਜ਼ ਜੇ ਤੁਸੀਂ ਵਿਦਡਰੋਲ ਕਰਨੇ ਆਪਣੇ ਪੈਸੇ ਅਤੇ ਇੱਥੇ ਬਟਨ ਦੱਬ ਕੇ ਤੁਸੀਂ ਆਹ ਸਾਰਾ ਬਟਨ ਦੱਬ ਦਿਓ ਇੱਥੇ ਆ 0 ਹੋ ਜਾਣੇ ਤੁਹਾਡੇ 0 ਹੋ ਗਏ ਅਤੇ ਸਾਰੇ ਪੈਸੇ ਇੱਥੇ ਆ ਜਾਣੇ ਆ ਗਏ ਉਹਨੂੰ ਫਿਰ ਪਾਓ ਨਹੀਂ ਫਿਰ ਦੁਬਾਰੇ ਪਾਓ ਸੁਣੇ 24 ਨੰਬਰ ਹੈ ਅਤੇ 24 ਨੰਬਰ ਦੱਬ ਦੇ 24 ਦੱਬਤਾ ਅਤੇ ਉਹ ਆ ਗਿਆ ਇਹ ਆ ਗਿਆ ਪਹਿਲੇ ਸੋ ਇੱਦਾਂ ਵੈਂਡਿੰਗ ਮਸ਼ੀਨ 'ਚੋਂ ਅਸੀਂ ਕੱਢ ਲੈਂਦੇ ਹਾਂ ਕੁਛ ਖਾਣ ਪੀਣ ਦਾ ਜਿੱਦਾਂ ਇਹਨਾਂ ਕੱਢਿਆ ਉਹ ਇੱਕ ਸੈਲੀਕਾ ਇਹ ਸੁਪਰਾ ਦੀ ਮਾਸੀ ਜੁੜੀ ਹੈ ਸੈਲੀਕਾ GT ਪਹਿਲਾਂ ਸੁਪਰਾ ਇਹ ਸੁਪਰ ਕਾਰਸ ਬਹੁਤ ਹੈ ਯਾਰ ਇੱਥੇ ਬਹੁਤ ਜ਼ਿਆਦਾ ਮਤਲਬ ਜੇ ਤੁਸੀਂ ਜੇ ਕੋਈ ਕਾਰ ਗਾ ਨਾ ਉਹਦੇ ਵਾਸਤੇ ਤਾਂ ਹੈਵਨ ਹੈ ਚੈਸਟਰਸ ਜੀ ਤਾਂ ਉਸਦੀ ਕਾਪੀ ਹੈ ਇਹ ਭਾਜਾ ਵਧੀਆ ਸਵਾਦ ਹੈ ਇਹ ਬਾਕੀ ਮੌਸਮ ਬਹੁਤ ਸੋਹਣਾ ਹੋਇਆ ਹੋਇਆ ਠੰਡ ਥੋੜ੍ਹੀ ਥੋੜ੍ਹੀ ਘੱਟਦੀ ਜਾ ਰਹੀ ਹੈ ਹੁਣ ਉੱਦਾਂ ਦਾ ਮੌਸਮ ਹੋਇਆ ਨਾ ਬਹੁਤ ਹੀ ਠੰਡ ਹੈ ਨਾ ਗਰਮੀ ਹੈ ਵਿਚਲਾ ਜਿਹਾ ਮੌਸਮ ਹੈ ਬਹੁਤ ਸੋਹਣਾ ਮੌਸਮ ਹੋ ਜਾਂਦਾ ਸਭ ਤੋਂ ਵਧੀਆ ਮੌਸਮ ਹੈ ਇਹ ਹੈ ਨਾ ਯਾਰ ਘੁੰਮਣ ਫਿਰਨ ਨੂੰ ਵੀ ਪਰ ਆਪਾਂ ਕਿਤੇ ਜਾਂਦੇ ਨਹੀਂ ਘੁੰਮਣ ਫਿਰਨ ਨੂੰ ਵੈਸੇ ਵੀ ਯਾ ਇੰਡੀਆ ਇੰਡੀਆ ਪੰਜਾਬ ਯਾ ਵਿਚ ਇਜ਼ ਯੋਰ ਕੰਟਰੀ ਪੇਰੂ ਪੇਰੂ ਓ ਸੁਨ ਅਮਰੀਕਾ ਓ ਹਾਊ ਲੌਂਗ ਹੈਵ ਯੂ ਬੀਨ ਹੇਅਰ ਇਨ ਅਮਰੀਕਾ 23 ਇਅਰਸ ਵੀ ਕੇਮ ਹੇਅਰ ਇਨ 2022 September 2022 it's more than 1 year yeah you like yeah it's good I see them same I'm like I coming my daughter younger 6 11 coming yeah my daughter finished school
Yeah. Yeah, he's also finishing. He's also finishing his school. He's in school right now. Really? Yeah. I'm in 10th grade. Where are you going to school? Valley High. My daughter is studying Valley High. Right now? Yeah. No. I see. 10 years. Yeah. Oh. Right now, engineer. Free. It's free. Yeah. Yeah. It's free. Yeah. Yeah. Engineer. Computer science. My daughter. In computer science? Right now. Working home, working from home. In home, no, living in Natomas. You have como 25 Natomas? Yeah, we know. One house by, taken, an office in the one room. I go to computer. Money. Okay, nice to meet you. Okay. Thank you. ਸੋ ਇਹ ਬੰਦਾ ਪਰੂ ਦਾ ਸੀਗਾ ਜਿਹੜਾ ਸਾਨੂੰ ਮਿਲਿਆ ਸਾਨੂੰ ਇਹਨੇ ਆਪ ਹੀ ਬੁਲਾ ਲਿਆ ਕਿ ਤੁਸੀਂ ਵੀਡੀਓ ਬਣਾ ਰਹੇ ਹੋ ਆਪਣੀ ਕੰਟਰੀ ਵਾਸਤੇ ਅਤੇ ਫਿਰ ਅਸੀਂ ਗੱਲਾਂ ਗੁੱਲਾਂ ਕੀਤੀਆਂ ਤੁਸੀਂ ਸੁਣੀਆਂ ਹੋਣੀਆਂ ਅਤੇ ਦੱਸ ਰਿਹਾ ਸੀ ਆਪਣੀ ਡੋਟਰਸ ਬਾਰੇ ਕਿ ਜਦੋਂ ਮੈਂ ਆਇਆ ਮੇਰੀ ਡੋਟਰਸ ਵੀ ਇੱਥੇ ਸਕੂਲ ਪੜ੍ਹੀ ਜਿੱਦਾਂ ਇਹ ਮੁੰਡਾ ਜਾਂਦਾ ਸਾਡਾ ਸਕੂਲ ਅਤੇ ਉਹ ਕਹਿੰਦਾ ਹੁਣ ਉਹ ਲੋਸ ਐਂਜਲਸ 'ਚ ਜੋਬ ਕਰਦੀ ਆ ਵਰਕ ਫਰੋਮ ਹੋਮ ਕਰਦੀ ਆ ਉਹ ਸਭ ਕੁਛ ਇਹਨੇ ਦੱਸਿਆ ਵਧੀਆ ਲੱਗਦਾ ਯਾਰ ਜਦ ਤੁਸੀਂ ਕਿਸੇ ਦੂਜੇ ਬੰਦੇ ਨੂੰ ਮਿਲਦੇ ਹੋ ਨਾ ਅਤੇ ਉਹ ਤੁਹਾਡੇ ਬਾਰੇ ਪੁੱਛਦਾ ਅਤੇ ਤੁਸੀਂ ਉਹਦੇ ਬਾਰੇ ਪੁੱਛਦੇ ਹੋ ਅਤੇ ਵਧੀਆ ਕਮਿਊਨੀਕੇਸ਼ਨ ਜੀ ਬਣ ਜਾਂਦੀ ਆ ਅਤੇ ਤੁਹਾਨੂੰ ਪਤਾ ਲੱਗਦਾ ਕਿੱਦਾਂ ਹੋਰ ਕਲਚਰ ਦੇ ਲੋਕ ਇੱਥੇ ਰਹਿੰਦੇ ਆ ਅਤੇ ਫਿਰ ਤੁਸੀਂ ਕਿੱਦਾਂ ਇਵੋਲਵ ਕਰਨਾ ਅੱਗੇ ਸੋ ਵਧੀਆ ਹੈ ਜਿੰਨਾ ਤੁਸੀਂ ਲੋਕਾਂ ਨਾਲ ਅੱਗੇ ਵੇਚੋਗੇ ਨਾ ਉਹਨਾਂ ਤੁਹਾਡੇ ਵਾਸਤੇ ਜ਼ਿਆਦਾ ਵਧੀਆ ਕਮਾਇਆ ਹੋਣਾ ਨਾ 23 ਈਅਰਸ ਹੋ ਗਏ ਇਹਨਾਂ ਨੂੰ ਫਿਰ 2001 'ਚ ਹੀ ਆਏ ਹੋਣੇ ਆ 99 ਕਹਿ ਰਹੇ ਸੀ ਪਰ ਮੇਰੇ ਖਿਆਲ 2001 ਉਹਨਾਂ ਦਾ ਹਿਸਾਬ ਜਿਹਾ ਨਹੀਂ ਲੱਗਿਆ ਸੋ ਹੁਣ ਚੱਲਦੇ ਅੰਦਰ ਲੱਗਦਾ ਸਾਡੇ ਕੱਪੜੇ ਵੀ ਸੋਕੇ ਹੋਣੇ ਆ ਸੋ ਉਹਨਾਂ ਨੂੰ ਚੱਕ ਕੇ ਕੱਪੜੇ ਕੁਪੜੇ ਚੱਕ ਕੇ ਘਰੇ ਚੱਲਦੇ ਆ ਫਿਊ ਇੰਚਸ ਲੇਟਰ ਸੋ ਆਪਾਂ ਕੱਪੜੇ ਕੁਪੜੇ ਧੋ ਲਏ ਧੋ ਕੇ ਤਹਿ ਤੂੰ ਲਾ ਕੇ ਇੱਥੇ ਰੱਖ ਤੇ ਕੁਛ ਆਪਾਂ ਡਿੱਗੀ 'ਚ ਪਾ ਤੇ ਇਹ ਸੀਗੀ ਇੱਥੇ ਦੀ ਲਾਉਂਡਰੀ ਆ ਰਹੀ ਫਰੀ ਡਰਾਈ ਲਿਖਿਆ ਹੋਇਆ ਪਰ ਤੁਹਾਡੇ ਕੋਲ ਆਪਸ਼ਨ ਹੈਗੇ ਤੁਸੀਂ ਫਰੀ ਡਰਾਈ ਵੀ ਕਰ ਸਕਦੇ ਹੋ ਅਤੇ ਪੇ ਡਰਾਈ ਵੀ ਕਰ ਸਕਦੇ ਹੋ ਸੋ ਇਹ ਸੀਗਾ ਅੱਜ ਦਾ ਸਾਡਾ ਦਿਨ ਲਾਉਂਡਰੀ ਦਾ ਅਤੇ ਕੱਪੜੇ ਕੁਪੜੇ ਧੋ ਤੇ ਇੱਦਾਂ ਕਰਦੇ ਸੀ ਲਾਉਂਡਰੀ ਇੱਥੇ ਦੇਖਿਆ ਸੋ ਵਧੀਆ ਸੀਗਾ ਇਹ ਸਾਡੀ ਰੂਟੀਨ ਹੈ ਰੈਂਡਮ ਜੀ ਜਿਹੜੀ ਆਏ ਵੀਕੈਂਡ 'ਤੇ ਹੁੰਦੀ ਹੈ ਕਿਉਂਕਿ ਹਫ਼ਤੇ ਭਰ ਦੇ ਜਿਹੜੇ ਕੱਪੜੇ ਇਕੱਠੇ ਹੋਏ ਹੁੰਦੇ ਆ ਕਈ ਵਾਰ ਤਾਂ ਘਰੇ ਵੀ ਧੋ ਲੈਂਦੇ ਹਾਂ ਪਰ ਜਦ ਜ਼ਿਆਦਾ ਲੋਡ ਹੋ ਜਾਂਦਾ ਫਿਰ ਸਾਨੂੰ ਲਾਉਂਡਰੀ ਜਾਣਾ ਪੈਂਦਾ ਸੋ ਇਹ ਸੀਗਾ ਸਾਡਾ ਅੱਜ ਦਾ ਦਿਨ ਹੋਪ ਕਰਦਾ ਵਧੀਆ ਲੱਗਿਆ ਹੋਇਆ ਕਿੱਦਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਮਿਲਦੇ ਆਪਾਂ ਕਿਸੇ ਹੋਰ ਵੀਡੀਓ 'ਚ